ਸਸਿਕਾਲ ਦੋਸਤੋ, ਮੈਂ ਧਰਮਾ ਹਰੇਉ ਰੰਗ ਪੰਜਾਬ ਦੇ YouTube ਚੈਨਲ ਤੋਂ ਅੱਜ ਅਸੀਂ ਪਹੁੰਚੇ ਹੋਏ ਆ ਜ਼ਿਲ੍ਹਾ ਸੰਗਰੂਰ ਦੇ ਨਗਰ ਸ਼੍ਰੀ ਨਾਨਕਸਰ ਚੀਮਾ ਸਾਹਿਬ ਦੀ ਧਰਤੀ ਤੇ, ਜਿਸ ਨਗਰ ਦੇ ਵਿੱਚ ਇੱਕ ਬਹੁਤ ਹੀ ਨਾਮੀ ਸ਼ਖਸੀਅਤ ਨੇ, ਪਹਿਲਵਾਨੀ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਹਾਸਲ ਕੀਤਾ ਤੇ ਆਪਣੇ ਖੇਤ ਦੇ ਵਿੱਚ ਕੁਸ਼ਤੀ ਦਾ ਅਖਾੜਾ ਬਣਾਇਆ ਹੋਇਆ, ਅਨੇਕਾਂ ਹੀ ਪਹਿਲਵਾਨ ਜੋ ਤਿਆਰ ਕਰਦੇ ਨੇ, ਜਗਤਾਰ ਸਿੰਘ ਜੀ ਗੋਲੂ ਪਹਿਲਵਾਨ। ਸੋ ਆਓ ਅੱਜ ਆਪਾਂ ਉਹਨਾਂ ਨਾਲ ਇੱਕ ਰੰਗ ਪੰਜਾਬ ਦੇ YouTube ਚੈਨਲ ਰਾਹੀਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਆਓ ਅੱਜ ਆਪਾਂ ਉਹਨਾਂ ਨਾਲ ਕੁਝ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਭਵਾਨ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਹੋ ਜੀ? ਹਾਂ, ਸਤਿ ਸ਼੍ਰੀ ਅਕਾਲ ਮਹਾਰਾਜ ਜੀ। ਚਲੋ, ਅੱਜ ਬੜਾ ਅਸੀਂ ਤੁਹਾਡੇ ਬਾਰੇ ਸੁਣਦੇ ਹਾਂ, ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ ਕਿ ਜ਼ਿਲ੍ਹਾ ਸੰਗਰੂਰ ਦੇ ਨਾਨਕਸਰ ਚੀਮਾ ਦੇ ਵਿੱਚ ਵੀ ਇੱਕ ਪਹਿਲਵਾਨ ਜੀ ਨੇ, ਜਗਤਾਰ ਸਿੰਘ ਜੀ ਗੋਲੂ। ਸੋ ਅੱਜ ਸਾਡਾ ਦਿਲ ਕੀਤਾ ਕਿ ਚਲੋ ਭਲਵਾਨ ਜੀ ਨਾਲ ਗੱਲਾਂ ਬਾਤਾਂ ਕਰੀਏ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਚਪਨ ਬਾਰੇ ਦੱਸੋ ਜੀ। ਹਾਂ, ਬਚਪਨ ਜੀ ਮੇਰਾ ਚੀਮਾ ਦੇ ਜਨਮ ਹੈਗਾ ਜੀ, ਅਤੇ ਮੇਰੇ ਪਿਤਾ ਸਰਦਾਰ ਜਗਰੂਰ ਸਿੰਘ ਜੀ, ਮਾਤਾ ਨਿਰਮਲਜੀਤ ਕੌਰ ਜੀ, ਅਤੇ ਮੈਂ, ਅਸੀਂ ਚਾਰ ਭੈਣ ਭਰਾ, ਛੋਟੀ ਭੈਣ ਹੈ ਅਤੇ ਦੋ ਭਰਾਵਾਂ ਦਾ ਮੈਂ ਭਰਾ ਹੈਗਾ ਜੀ। ਅਤੇ ਬਚਪਨ ਬਸ ਚੀਮਾ 'ਚ ਹੀ ਮੇਰਾ ਸ਼ੁਰੂ ਹੋਇਆ ਜੀ, ਉੱਥੋਂ ਹੀ ਪਹਿਲਾਂ ਮਾੜੀ ਮੋਟੀ ਕਬੱਡੀ ਖੇਡਦੇ ਸੀਗੇ ਜੀ, ਪੜ੍ਹਾਈ ਕੀਤੀ, ਫਿਰ ਹੌਲੀ ਹੌਲੀ ਜਿੱਦਣ ਨੂੰ ਰੁਝਾਨ ਹੋ ਗਿਆ ਜੀ। ਕੁਸ਼ਤੀ ਬਾਰੇ, ਕੋਈ ਪਰਿਵਾਰ ਦੇ ਵਿੱਚ ਕੁਸ਼ਤੀ ਲੜਦਾ ਸੀ ਜਾਂ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਕੁਸ਼ਤੀ ਬਾਰੇ? ਪਰਿਵਾਰ ਦੇ ਵਿੱਚ ਸਾਡੇ ਕੋਈ ਨਹੀਂ ਕੁਸ਼ਤੀ ਲੜਦਾ ਸੀ ਜੀ, ਮੇਰੇ ਕਾਲ ਦੇ ਵਿੱਚ ਤਾਂ ਸਾਡੇ ਕੋਈ ਚੀਮਾ ਦਾ ਵੀ ਨਹੀਂ ਹੋਇਆ ਪਹਿਲਵਾਨ ਤਾਂ, ਅਤੇ ਕੋਈ ਪੁਰਾਣਾ ਪਹਿਲਾਂ ਹੋਇਆ ਹੋਵੇ ਮੈਨੂੰ ਪਤਾ ਨਹੀਂ ਗਾ, ਪਰ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਕਬੱਡੀ ਪਲੇਅਰ ਸੀਗੇ ਜੀ ਜੀ। ਅਤੇ ਜਿਹੜੀ ਪ੍ਰੇਰਨਾ ਦੀ ਗੱਲ ਹੈ ਜੀ, ਉਹ ਮੈਂ ਪੜ੍ਹਦਾ ਸੀਗਾ ਜੀ, ਅਤੇ ਪੜ੍ਹਾਈ ਦੇ ਵਿੱਚ ਥੋੜ੍ਹਾ ਹੱਥ ਮੇਰਾ ਤੰਗ ਸੀ ਜੀ, ਅਕਸਰ ਹੁੰਦਾ ਜੀ। ਹਾਂ ਹਾਂ, ਮੈਂ ਦਸਵੀਂ 'ਚੋਂ ਪਹਿਲਾਂ ਫੇਲ ਹੋ ਗਿਆ ਚੀਮਿਓ, ਹਾਂਜੀ, ਫਿਰ ਮੈਨੂੰ ਧਰਮਗੜ੍ਹ ਲਾਤਾ ਜੀ ਪੜ੍ਹਨ। ਅੱਛਾ ਜੀ, ਧਰਮਗੜ੍ਹ ਤੋਂ ਬਾਅਦ ਫਿਰ ਮੈਂ ਉੱਥੇ ਹੀ ਫੇਲ ਹੋ ਗਿਆ। ਉੱਥੇ ਫੇਲ ਹੋ ਗਿਆ ਜੀ? ਹਾਂ, ਫਿਰ ਮੈਂ ਸੋਚਿਆ ਵੀ ਨਹੀਂ, ਮੈਂ ਪੜ੍ਹਾਈ ਪੜ੍ਹੂਈ 'ਚ ਕਾਮਯਾਬ ਹੋ ਸਕਦਾ, ਹਾਂਜੀ, ਫਿਰ ਖੇਤੀਬਾੜੀ ਕਰ ਲੈਣਾ। ਫਿਰ ਬਾਪੂ ਜੀ ਨੇ ਕਹਿੰਦਾ ਵੀ, ਮੇਰੇ ਪਿਤਾ ਜੀ ਕਹਿੰਦੇ ਵੀ ਇੱਕ ਵਾਰੀ ਫੇਰ ਤੈਨੂੰ ਦਸਵੀਂ ਕਰਾਉਣੀ, ਦੁਬਾਰੀ ਐਡਮਿਸ਼ਨ ਕਰਾਉਣਾ। ਫਿਰ ਉਹਨਾਂ ਦੀ ਕੋਸ਼ਿਸ਼ ਸੀ ਵੀ ਇੱਕ ਵਾਰੀ ਤੈਨੂੰ। ਹਾਂ ਜੀ, ਫਿਰ ਹੀਰੋ ਆਪਣਾ ਪੈ ਗਿਆ ਜੀ ਮਾਨਸਾ ਜ਼ਿਲ੍ਹੇ 'ਚ ਜੀ, ਉੱਥੇ ਮੇਰੀ ਐਡਮਿਸ਼ਨ ਕਰਾਤੀ ਹੀਰੋ ਜੀ। ਬਸ ਉੱਥੋਂ ਫਿਰ ਮੈਂ ਜਾਂਦਾ ਹੁੰਦਾ ਜੀ ਇੱਥੋਂ ਸਾਈਕਲ 'ਤੇ ਪੜ੍ਹਨ ਜੀ, ਉੱਥੇ ਹੀਰੋ ਰਾਹ ਦੇ ਵਿੱਚ ਨਾਥਾਂ ਦਾ ਡੇਰਾ ਪੈਂਦਾ ਸੀਗਾ। ਕਿਹੜੇ ਸਾਲ ਦੀ ਗੱਲ ਨੇ ਇਹ? ਹੈਗੀ ਜੀ 91-92 ਦੀ, 91-92 ਦੀਆਂ ਗੱਲਾਂ ਨੇ ਜੀ। ਹਾਂ, ਅਤੇ ਉੱਥੋਂ ਜਦੋਂ ਮੈਂ ਪੜ੍ਹ ਕੇ ਆਉਂਦਾ ਸੀ, ਉੱਥੇ ਖੜ੍ਹ ਜਾਂਦੇ, ਦੇਖਣ ਲੱਗ ਜਾਂਦੇ ਮੁੰਡੇ ਜ਼ੋਰ ਕਰਦੇ ਸੀਗੇ, ਜਿਵੇਂ ਜ਼ੋਰ ਕਰੀ ਜਾਂਦੇ ਮੁੰਡੇ ਲੱਗ ਜਾਂਦੇ। ਹਾਂ ਹਾਂ, ਉਹ ਫਿਰ ਮੇਰਾ ਜੀ ਕੀਤਾ, ਮੈਂ ਉੱਥੇ ਨਾ ਬਾਬਾ ਇੰਦਰ ਨਾਥ ਸਿੰਘ ਨੂੰ ਪੁੱਛਿਆ ਵੀ ਮੈਂ ਵੀ ਕਰ ਲਿਆ ਕਰਾਂ। ਹਾਂਜੀ, ਉਹ ਕਹਿੰਦੇ ਬਹੁਤ ਵਧੀਆ ਗੱਲ ਹੈ, ਤੂੰ ਐਡਾ ਵੱਡਾ ਜਵਾਨ ਹੈ, ਭਲਵਾਨ ਬਣਦਾ। ਅਤੇ ਫਿਰ ਮੈਂ ਉੱਥੋਂ ਸ਼ੁਰੂ ਕੀਤੀ ਜੀ, ਅਤੇ ਸੰਤ ਬਾਬਾ ਅਮਰਨਾਥ ਜੀ ਮੇਰੇ ਗੁਰੂ ਸੀਗੇ ਜੀ, ਹੀਰੋ ਝਾੜੋ ਵਾਲੇ ਜੀ। ਇਸ ਤਰ੍ਹਾਂ ਮੈਂ ਭਲਵਾਨੀ ਸ਼ੁਰੂ ਕੀਤੀ ਜੀ। ਅਤੇ ਕਿੰਨਾ ਚਿਰ ਰਹੇ ਜੀ ਉੱਥੇ ਤੁਸੀਂ? ਉੱਥੇ ਮੈਂ ਰਿਹਾ ਜੀ 3-4 ਸਾਲ। 3-4 ਸਾਲ? ਹਾਂ, 3-4 ਸਾਲ ਉੱਥੇ ਭਲਵਾਨੀ ਕੀਤੀ ਮੈਂ ਜੀ। ਉਸ ਤੋਂ ਬਾਅਦ ਫਿਰ ਮੈਂ 2-3 ਅਖਾੜਿਆਂ 'ਚ ਹੋਰ ਖਨੌਰੀ ਰਿਹਾ ਜੀ ਜੀ। ਖਨੌਰੀ ਤੋਂ ਬਾਅਦ ਫਿਰ ਘੰਗਰਾਣੇ ਮੇਜਰ ਭਲਵਾਨ ਕੋਲ ਰਿਹਾ ਜੀ। ਉਸ ਤੋਂ ਬਾਅਦ ਸਾਡੇ ਵੱਡੇ ਭਲਵਾਨ ਸੀ ਭਲਵਾਨ ਮੇਹਰਦੀਨ ਜੀ ਜੀ, ਸਵਰਗਵਾਸੀ ਜੀ, ਉਹਨਾਂ ਦੇ ਅਖਾੜੇ 'ਚ ਰਿਹਾ। ਸ਼ਾਹਕੋਟ ਜੀ? ਸ਼ਾਹਕੋਟ ਜੀ, ਕਿਉਂਕਿ ਉਹਨਾਂ ਦੀਆਂ ਲਾਈਨਾਂ ਤਾਂ ਅਕਸਰ ਸੁਣਦੇ ਹਾਂ ਜੀ, ਮਿਹਰਦੀਨਾ ਜੇ ਰੱਬ ਦੀ ਮਿਹਰ ਹੋ ਜੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ, ਜਿੰਨਾ ਚਿਰ ਨਾ ਠੋਕਰਾਂ ਵੱਜਦੀਆਂ ਨੇ ਉਹਨਾਂ ਚਿਰ ਨਹੀਂ ਬੰਦਾ ਇਨਸਾਨ ਬਣਦਾ, ਅਕਸਰ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ। ਅੱਛਾ, ਉਹਨਾਂ ਕੋਲ ਵੀ ਰਹੇ ਹੋਏ ਸੀ? ਹਾਂ ਹਾਂ ਹਾਂ, ਉਹਨਾਂ ਕੋਲ ਰਿਹਾ ਜੀ, ਅਤੇ ਇੱਥੇ ਵੀ ਅਖਾੜੇ 'ਚ ਆਉਂਦੇ ਸੀ। ਉਹਨਾਂ ਦਾ ਬੇਟਾ ਵੀ ਫਿਰ ਮੇਰੇ ਕੋਲ ਰਿਹਾ ਜੀ, ਮਜੀਦਾ ਭਲਵਾਨ, ਬਹੁਤ ਵੱਡਾ ਭਲਵਾਨ ਹੋਇਆਗਾ ਜੀ। ਅਤੇ ਫਿਰ ਉੱਥੇ ਵੀ ਮੈਂ ਰਿਹਾ। ਉਸ ਤੋਂ ਬਾਅਦ ਫਿਰ ਮੈਂ 1999 ਦੇ ਵਿੱਚ ਇੱਥੇ ਬਣ ਗਿਆ ਸੀ ਖੜਾ, ਆਪਣਾ ਖੜਾ ਬਣਾ ਲਿਆ। ਹਾਂ, ਆਪਦੀ ਪੈੜੀ 'ਚ ਬਣਾ ਲਿਆ ਫਿਰ ਜੀ। ਫਿਰ ਹੌਲੀ 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 ਵੱਧਦਾ ਜੀ, ਕਾਫੀ ਵੱਧ ਗਿਆ। ਫਿਰ ਹੋਰ ਚੇਲੇ ਬਾਲ ਕੇ ਹੋਰ, ਪਹਿਲਾਂ ਅਸੀਂ 5-7 ਜਾਣੇ ਸੀਗੇ, ਬਾਬਾ ਇੰਦਰ ਨਾਥ ਸੀ, ਕਰੇਬੀ ਸੀ, 2-4 ਮੁੰਡੇ ਹੋਰ ਸੀਗੇ ਜੀ। ਹਾਂ, ਫਿਰ ਗਾਹ ਦੀ ਗਾਹ ਜਿਉਂ ਜਿਉਂ ਅਸੀਂ ਤਕੜੇ ਹੁੰਦੇ ਗਏ, ਤੇ ਕਾਫੀ ਫਿਰ ਕਾਫਲਾ ਬਣਦਾ ਗਿਆ। ਹਾਂ, ਕਾਫਲਾ ਬਣਦਾ ਗਿਆ। ਬਾਕੀ ਸ਼ੌਂਕ ਇਲਾਕੇ ਦੇ ਵਿੱਚ ਕੁਸ਼ਤੀਆਂ ਹੋਣ ਲੱਗ ਗਏ, ਇਲਾਕੇ ਦੇ ਮੁੰਡੇ, ਬਾਹਰ ਦੇ ਮੁੰਡੇ ਆਉਣ ਲੱਗ ਗਏ। ਹਾਂਜੀ, ਬਿਲਕੁਲ। ਜਦੋਂ ਕਿਸੇ ਇਲਾਕੇ ਦੇ ਵਿੱਚ ਕੋਈ ਚੀਜ਼ ਨਵੀਂ ਆਉਂਦੀ ਹੈ ਜਾਂ ਕੋਈ ਅਖਾੜਾ ਬਣਦਾ, ਕੋਈ ਆਟੋਮੈਟਿਕ ਸ਼ੌਂਕ ਤਾਂ ਬੱਚਿਆਂ ਨੂੰ ਦੇਖ ਕੇ, ਕਿਉਂਕਿ ਪ੍ਰੇਰਨਾ ਸਰੋਤ ਹੁੰਦਾ ਜੀ। ਜਿੱਥੇ ਕੋਈ ਪਹਿਲਵਾਨ ਕਬੱਡੀ ਖਿਡਾਰੀ ਆਪਣਾ ਨਾਮ ਉੱਥੇ ਪ੍ਰਸਿੱਧੀ ਖੜਦਾ, ਉੱਥੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਾਸਤੇ ਅਤੇ ਹੋਰ ਬੱਚਿਆਂ ਵਾਸਤੇ ਵੀ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੁੰਦਾ। ਸੋ ਤੁਸੀਂ ਉਹ ਇੱਕ ਇੱਥੇ ਅਖਾੜਾ ਬਣਾ ਕੇ ਉਹ ਇੱਕ ਪ੍ਰੇਰਨਾ ਸਰੋਤ ਬਣੇ, ਤਾਂ ਕਿ ਇੱਥੇ ਹੋਰ ਤੁਹਾਡੇ ਕੋਲ ਵੀ ਭਲਵਾਨ ਜਿਹੜੇ ਆ ਕੇ ਜਿਨ੍ਹਾਂ ਨੇ ਤੁਹਾਡੇ ਤੋਂ ਵੀ ਦਾਪੇ ਸਿੱਖੇ। ਬਸ ਬਸ, ਇਹ ਨਵਾਂ ਜਾਗ ਲੱਗ ਗਿਆ ਜੀ। ਬਸ
ਉਦੋਂ ਬਾਅਦ ਦੇ ਵਿੱਚ ਫਿਰ ਆਈ ਗਏ ਹੁਣ ਜਵੇ ਲਵੇ ਪਿੰਡੋਂ ਹੀਰੋ ਤੋਂ ਖੀਵੇ ਤੋਂ ਸਲਾਮ ਤੋਂ ਜੀ ਆਲੇ ਦੁਆਲੇ ਕਾਫੀ ਪਿੰਡਾਂ ਤੋਂ ਆਉਂਦੇ ਨੇਗੇ ਇਧਰ ਮੇਦੇਵਾ ਸਾਜਲੀ ਵਡਰੁੱਖੇ ਜੀ ਤੇ ਬਾਕੀ ਕਾਫੀ ਮੁੰਡੇ ਇੱਥੇ ਰਹਿੰਦੇ ਨੇਗੇ ਜੀ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਕੋਈ ਆਲ ਪੰਜਾਬ ਦੇ ਮੁੰਡੇ ਰਹਿੰਦੇ ਨੇਗੇ ਤੇ ਇਸ ਤਰ੍ਹਾਂ ਵੀ 1999 ਦੇ ਵਿੱਚ ਇੱਥੇ ਖਾੜਾ ਬਣਾਇਆ ਸੀ ਖਾੜਾ ਬਣਾਇਆ ਸੀ ਹਾਂਜੀ ਸੰਤ ਅਤਰ ਸਿੰਘ ਜੀ ਸੰਤ ਅਤਰ ਸਿੰਘ ਰੈਸਲਿੰਗ ਸੈਂਟਰ ਰੈਸਲਿੰਗ ਸੈਂਟਰ ਹਾਂ ਕਿਉਂਕਿ ਉਹਨਾਂ ਦਾ ਵੀ ਜਨਮ ਇਸੇ ਨਗਰ ਦੀ ਹੈ ਨਾ ਜੀ ਹਾਂ ਉਹਨਾਂ ਦਾ ਜਨਮ ਹੋਇਆ ਜੀ ਹਾਂਜੀ ਹਾਂ ਬਹੁਤ ਸਤਿਕਾਰਯੋਗ ਤੇ ਮਹਾਨ ਸ਼ਖਸੀਅਤ ਹੋਣੇ ਸਾਡੀ ਸਿੱਖ ਆਉਂਦੇ ਹਾਂਜੀ 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 ਸਭ ਉਹਨਾਂ ਦੀ ਦੇਣ ਹੈ ਜੀ ਉਹਨਾਂ ਦੀ ਦੇਣ ਹੈ ਜੀ ਹਾਂਜੀ ਸੋ ਕਿਉਂਕਿ ਇਹ ਅਕਸਰ ਹੁੰਦਾ ਜੀ ਸਾਡੇ ਨਗਰਾਂ ਦਾ ਪਹਿਲਵਾਨ ਹੈ ਖਿਡਾਰੀ ਹੈ ਕੋਈ ਸੰਤ ਮਹਾਂਪੁਰਸ਼ ਹੈ ਕੋਈ ਕਲਾਕਾਰ ਹੈ ਉਹ ਸਾਡੇ ਪਿੰਡਾਂ ਦੀ ਸ਼ਾਨ ਹੁੰਦੇ ਨੇ ਬਿਲਕੁਲ ਪਿੰਡਾਂ ਦੀ ਪਹਿਚਾਣ ਹੁੰਦੇ ਨੇ ਜਿਵੇਂ ਸੰਤ ਮਹਾਂਪੁਰਸ਼ਾਂ ਦੇ ਨਾਲ ਤੁਹਾਡੇ ਨਗਰ ਨੂੰ ਵੱਡੀ ਪ੍ਰਸਿੱਧੀ ਮਿਲੀ ਹੈ ਹਾਂਜੀ ਹਾਂਜੀ ਔਰ ਜਿੱਥੇ ਉੱਥੇ ਤੁਹਾਡੇ ਨਾਂ ਦੇ ਨਾਲ ਹਾਂਜੀ ਹਾਂਜੀ ਜਗਤਾਰ ਸਿੰਘ ਜੀ ਗੋਲੂ ਪਹਿਲਵਾਨ ਜਿਹੜਾ ਕਿ ਚੀਮਿਆਲਾ ਅਖਾੜਾ ਕਰਕੇ ਜਾਣਿਆ ਜਾਂਦਾ ਹੈ ਗੋਲੂ ਪਹਿਲਵਾਨ ਦੇ ਅਖਾੜੇ 'ਚ ਜਾਣਾ ਹਾਂਜੀ ਇਹ ਵੀ ਤੁਹਾਡੀ ਜਿਹੜੀ ਇਹ ਮਿਹਨਤ ਦਾ ਹੀ ਸਿੱਟਾ ਜੀ ਬਿਲਕੁਲ ਬਿਲਕੁਲ ਕੋਈ ਵੀ ਬੰਦਾ ਜਦੋਂ ਕੋਈ ਮਿਹਨਤ ਕਰਦਾ ਤਾਂ ਉਹਦਾ ਉਹਦੇ ਪਿੰਡ ਨੂੰ ਉਹਦੇ ਮਾਤਾ ਪਿਤਾ ਨੂੰ ਪ੍ਰਸਿੱਧੀ ਮਿਲਣੀ ਤਾਂ ਕੁਦਰਤੀ ਹੈ ਜੀ ਔਰ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਕੁਸ਼ਤੀ ਲੜੀ ਹੈ ਤੇ ਕਿਹੜੀਆਂ ਤੁਹਾਡੀਆਂ ਯਾਦ ਕਰਦੇ ਕੁਸ਼ਤੀਆਂ ਤਾਂ ਜੀ ਤਕਰੀਬਨ ਦੇਖੋ ਕੁਸ਼ਤੀ ਐਸੀ ਗੇਮ ਹੈ ਜੀ ਵੈਸੇ ਪੂਰੇ ਵਰਲਡ ਦੇ ਵਿੱਚ ਹੀ ਹੈਗੀ ਤੇ ਇੰਡੀਆ ਦੇ ਵਿੱਚ ਵੀ ਹਰ ਜਗ੍ਹਾ ਕੁਸ਼ਤੀਆਂ ਹੁੰਦੀਆਂ ਨੇਗੀਆਂ ਤੇ ਕੁਛ ਗੇਮਾਂ ਜਿਵੇਂ ਕਬੱਡੀ ਹੈ ਉਹ ਘੱਟ ਹੁੰਦੀ ਹੈਗੀ ਉਹ ਕਈ ਸਟੇਟਾਂ ਦੇ ਵਿੱਚ ਹੈਗੀ ਬਾਕੀ ਪੂਰੀ ਇੰਡੀਆ ਦੇ ਵਿੱਚ ਨਹੀਂ ਹੈਗੀ ਹਾਂਜੀ ਹਾਂਜੀ ਯੂਪੀ ਹਰਿਆਣਾ ਰਾਜਸਥਾਨ ਜੀ ਦਿੱਲੀ ਆਪਣਾ MP ਸਾਰੀ ਕੁਸ਼ਤੀਆਂ ਲੜੀਆਂ ਨੇ ਜੀ ਜੀ ਹਾਂ ਯਾਦਗਿਰੀ ਕੁਸ਼ਤੀਆਂ ਜੀ ਜਿੱਥੇ ਕਿਸੇ ਇੱਦਾਂ ਦੇ ਮੰਨ ਕੇ ਸਾਹਮਣੇ ਵਾਲੇ ਪਹਿਲਵਾਨ ਨਾਲ ਹੱਥ ਜੁੜੇ ਹੋਣ ਉਹ ਇੱਕ ਯਾਦਗਾਰੀ ਪਲ ਬਣ ਜਾਂਦਾ ਜੀ ਸਭ ਤੋਂ ਹਾਂ 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 ਜੀ ਮੇਰੀ ਵਧੀਆ ਕੁਸ਼ਤੀ ਹੋਈ ਸੀ ਜੀ ਰੋਹਿਤ ਪਟੇਲ ਹੈਗਾ ਲੱਡੂ ਕਹਿੰਦੇ ਨੇ ਜੀ ਲੱਡੂ ਡੂਮਛੇੜੀ ਦੇ ਨਾਮ ਨਾਲ ਜਾਣਿਆ ਉਹਦੇ ਨਾਲ ਹੋਈ ਸੀ ਰਾਣਮਾ ਜੀ ਸਮਰਾਲੇ ਦੇ ਕੋਲ ਪਿੰਡ ਹੈਗਾ ਉੱਥੇ ਹੋਈ ਸੀ ਜੀ ਉਹ ਵਧੀਆ ਕੁਸ਼ਤੀ ਮੇਰੀ ਹੋਈ ਜੀ ਵਧੀਆ ਮੈਨੂੰ ਮਾਣ ਮਹਿਸੂਸ ਹੋਇਆ ਕਿ ਸਾਰੇ ਪਹਿਲਵਾਨਾਂ ਨੇ ਮੇਰੀਆਂ ਜਿਵੇਂ ਗੁਰਦੇਵ ਸੋਨੀ ਸੋੜਾ ਜਿੰਨੇ ਕਾਲਾ ਚਾਸ ਵਾਲੀ ਆ ਕਾਫੀ ਪਹਿਲਵਾਨ ਤਕੜੇ ਪਹਿਲਵਾਨ ਹੋਏ ਨੇ ਸਾਰੇ ਕੋਈ ਰਮੇਸ਼ਪੁਰ ਇਹਨਾਂ ਸਭ ਨਾਲ ਮੇਰੀਆਂ ਕੁਸ਼ਤੀਆਂ ਹੋਈਆਂ ਜੀ ਤੇ ਜਿਹੜੀ ਇਹ ਰਾਣਵਾ ਵਾਲੀ ਹੈ ਇਹ ਕਿਹੜੇ ਸੰਨ ਦੀ ਗੱਲ ਹੈ ਜੀ ਮੇਰਾ ਖਿਆਲ ਹੈ ਜੀ ਚਾਰ ਚੂਰ ਦੀ ਹੋ ਗਈ 2004 ਚੂਰ ਦੀ 2004 ਦੀ ਹਾਂਜੀ ਹਾਂਜੀ ਜੀ ਤੇ ਇਸ ਤੋਂ ਇਲਾਵਾ ਤੁਹਾਡਾ ਕੋਈ ਇਸ ਤਰ੍ਹਾਂ ਦਾ ਰਸਤੇ ਦੇ ਵਿੱਚ ਕੋਈ ਕਿਉਂਕਿ ਜਦੋਂ ਕੋਈ ਕੰਮ ਕਰਦਾ ਤਾਂ ਉਹਨੂੰ ਅੜਿੱਕੇ ਵੀ ਆਉਂਦੇ ਨੇ ਹਾਂਜੀ ਰਸਤੇ ਤੁਹਾਡੇ ਨਾਲ ਕੋਈ ਇਦਾਂ ਦਾ ਕੋਈ ਵਾਪਰਿਆ ਜੀ ਕੁਛ ਹਾਂ ਜੀ ਕਈ ਵੀ ਦਿੱਕਤਾਂ ਆਉਂਦੀਆਂ ਨੇ ਰਸਤੇ ਦੇ ਵਿੱਚ ਹੋਈ ਹੋ ਗਈ ਸੀ ਮਾੜੀ ਮੋਟੀ ਸਾਡੇ ਗੁਰੂ ਨਾਲ ਹੀ ਹੋ ਗਈ ਸੀ ਚਲੋ ਡਿਊਟੀ ਹਾਂਜੀ ਚੱਲਦਾ ਰਹਿੰਦਾ ਜੀ ਚੱਲਦਾ ਰਹਿੰਦਾ ਸੀ ਹਮੇਸ਼ਾ ਜਦੋਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਅੜਚਣਾ ਵੀ ਤਾਂ ਆਉਂਦੀਆਂ ਨੇ ਹਾਂਜੀ ਹਾਂਜੀ ਤੇ ਤੁਹਾਡੇ ਇਸ ਮੁਕਾਮ ਤੱਕ ਇਸ ਰਸਤੇ 'ਚ ਆਉਣ ਦਾ ਸਭ ਤੋਂ ਵੱਡਾ ਸਹਿਯੋਗ ਤੁਸੀਂ ਕਿਹਨਾਂ ਦਾ ਮੰਨਦੇ ਹੋ ਜੀ ਸਹਿਯੋਗ ਤਾਂ ਦੇਖੋ ਜੀ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ ਮੈਨੂੰ ਤੇ ਬਾਕੀ ਇੱਕ ਸਾਡੇ ਮੇਰੇ ਨਾਲ ਹੁੰਦਾ ਸੀ ਜੀ ਵੈਸੇ ਤਾਂ ਮੇਰਾ ਹੈਗਾ ਸੀ ਉਹ ਗੁਰਭਾਈ ਜੀ ਤੇ ਉਹ ਮੈਨੂੰ ਜ਼ਿਆਦਾ ਉਹ ਮੱਲਾਂ ਨੂੰ ਪਹਿਲਵਾਨਾਂ ਦੇ ਵਿੱਚ ਪਹਿਲਵਾਨੀ ਲੈਣ ਦੇ ਵਿੱਚ ਇਹ ਸਮਝਦੇ ਸੀ ਵੀ ਉਹ ਗੁਰੂ ਹੈਗਾ ਗੁਰੂ ਦਾ ਬਾਬਾ ਇੰਦਰਨਾਥ ਜੀ ਹਾਂ ਉਹਨੇ ਕਾਫੀ ਮੈਨੂੰ ਬਹੁਤ ਹੌਸਲਾ ਵੀ ਦਿੱਤਾ ਬਹੁਤ ਆਪ ਪਹਿਲਵਾਨੀ ਕਰਾਉਂਦਾ ਰਿਹਾ ਬਦਾਮ ਰਗੜ ਨੇ ਮਾਲਸ਼ਾਂ ਕਰਨੀਆਂ ਉਹਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਮੈਨੂੰ ਬਾਕੀ ਬਾਬਾ ਬਹਾਦਰ ਸਿੰਘ ਦੀ ਛਤਰ ਸਾਇਆ ਜੀ ਉਹਨਾਂ ਦੀ ਛਤਰ ਸਾਇਆ ਥੱਲੇ ਤਾਂ ਕਾਹੀ ਚੀਜ਼ ਦੀ ਵੀ ਕਮੀ ਨਹੀਂ ਹੁੰਦੀ ਉਹਨਾਂ ਦੀ ਕਿਰਪਾ ਜੀ ਹਾਂਜੀ 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 ਔਰ ਇੱਕ ਸਵਾਲ ਇਹ ਹੈ ਜੀ ਆਪਾਂ ਦੇਖਦੇ ਹਾਂ ਕਿ ਕੁਸ਼ਤੀ ਦੇ ਖੇਤਰ ਦੇ ਵਿੱਚ ਰੈਸਲਿੰਗ ਦੇ ਖੇਤਰ ਦੇ ਵਿੱਚ ਪੰਜਾਬ ਦੇ ਜਿਹੜੇ ਮੈਡਲ ਬਹੁਤ ਘੱਟ ਆਉਂਦੇ ਨੇ ਹਾਂਜੀ ਹਰਿਆਣੇ ਦੇ ਬਹੁਤ ਜ਼ਿਆਦਾ ਆਉਂਦੇ ਨੇ ਹਾਂ ਤੁਹਾਨੂੰ ਮੈਂ ਜੀ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਇਹਦੇ ਵਿੱਚ ਵੱਡਾ ਕਾਰਨ ਜਿਹੜਾ ਹੈਗਾ ਜੀ ਮੇਰੇ ਖਿਆਲ ਦੇ ਵਿੱਚ ਵੀ ਸਰਕਾਰਾਂ ਦਾ ਬਹੁਤ ਵੱਡਾ ਕਾਰਨ ਜੀ ਕਿਉਂਕਿ ਜਿਹੜੀਆਂ ਹਰਿਆਣੇ ਦੀ ਸਰਕਾਰ ਹੈ ਸਰਕਾਰਾਂ ਹੁਣ ਵੀ ਨੇ ਜਿਹੜੀਆਂ ਇਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ BJP ਦੀ ਹਾਂਜੀ ਹਾਂਜੀ ਉਹ ਜਦੋਂ ਕੋਈ ਮੈਡਲ ਲੈ ਕੇ ਉਹਨਾਂ ਨੂੰ ਬਹੁਤ ਹੌਸਲਾ ਅਫਜਾਈ ਕਰਦੇ ਉਹਨਾਂ ਦੇ ਹਾਂਜੀ ਲੱਖਾਂ 'ਚ ਪੈਸੇ ਦਿੰਦੇ ਨੇਗੇ ਇਲਾਕੇ ਵਾਲੇ ਮਾਨ ਸਨਮਾਨ ਕਰਦੇ ਨੇ ਪਿੰਡ ਵਾਲਾ ਮਾਨ ਸਨਮਾਨ ਕਰਦੇ ਨੇ ਹਾਂਜੀ ਹਾਂਜੀ ਨੌਕਰੀਆਂ ਦਿੰਦੇ ਨੇ ਉਹਨਾਂ ਨੌਕਰੀਆਂ ਦਿੰਦੇ ਨੇ ਹਾਂ ਪਰ ਉਹਦੇ ਉਲਟ ਜੇ ਆਪਾਂ ਪੰਜਾਬ ਦਾ ਦੇਖੀਏ ਪੰਜਾਬ ਦੇ ਵਿੱਚ ਪਹਿਲੀ ਗੱਲ ਦੇ ਉੱਤੇ ਦੇਖੋ ਜੀ ਮੇਰਾ 1999 ਤੋਂ ਚੱਲ ਰਿਹਾ ਹੈਗਾ ਤੇ ਮੈਨੂੰ ਮੈਟ ਹਾਫ ਮੈਟ ਹੈ ਮੇਰੇ ਕੋਲੇ ਹਾਲਾਂਕਿ ਮੇਰੇ ਕੋਲੇ ਵੀ ਕਾਫੀ 25 ਮੁੰਡੇ ਕਰਦੇ ਨੇ ਕਈ ਵਾਰੀ ਮੇਰੇ ਕੋਲੇ ਆਰਮੀ ਵਾਲੇ ਆ ਕੇ ਵੀ ਕੈਂਪ ਲਾ ਲੈਂਦੇ ਨੇ ਸੰਗਰੂਰ ਜਿਹੜੇ 3 ਗਾਰਡ ਵਾਲੇ ਨੇ ਉਹ 2-2 ਮਹੀਨੇ 1.5 ਮਹੀਨਾ ਮੇਰੇ ਕੋਲ ਪ੍ਰੈਕਟਿਸ ਕਰਦੇ ਨੇ ਮਿਲਟਰੀ ਵਾਲੇ ਉਹ ਬੜੀ ਦਿੱਕਤ ਆਉਂਦੀ ਹੈ ਜੀ ਜੀ ਤੇ ਹੁਣ ਇਹੀ ਚੀਜ਼ਾਂ ਇੱਥੇ ਨਹੀਂ ਹੈਗੀਆਂ ਨਾ ਕੋਚ ਨੇ ਨਾ ਮੈਟ ਹੈਗਾ
ਨਾ ਕੋਈ ਬੱਚਿਆਂ ਨੂੰ ਕੋਈ ਡੇਲੀ ਮਿਲੇ ਤੇ ਕੋਈ ਦੇਖੋ ਜਿਹੜੀ ਭਲਵਾਨੀ ਕਰਦੇ ਭਲਵਾਨੀ ਲੈਣ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਵੀ ਬਾਹਲੇ ਆਪਾਂ ਕਹਿ ਦਈਏ ਅਮੀਰ ਬੰਦੇ ਦੀ ਭਲਵਾਨੀ ਗਰੀਬ ਬੰਦੇ ਨੇ ਜਿਹੜੇ ਜ਼ਿਆਦਾ ਮਿਹਨਤੀ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਸਖਤ ਮਿਹਨਤ ਹੈ ਸਖਤ ਮਿਹਨਤ ਹੈ ਮਤਲਬ ਉਹ ਚੀਜ਼ਾਂ ਜਿਹੜੀਆਂ ਇੱਕ ਇਸ ਖੇਤਰ ਦੇ ਵਿੱਚ ਕਿਸੇ ਨੇ ਕੁਝ ਖੱਟਣਾ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਸਰਕਾਰਾਂ ਵੱਲੋਂ ਨਹੀਂ 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 ਦਿੰਦੀਆਂ ਜਿਹੜੇ ਮਾਨ ਸਨਮਾਨ ਉਹੀ ਦੱਸ ਰਿਹਾ ਨਾ ਜੀ ਵੀ ਉਹ ਗਰੀਬ ਬੱਚੇ ਨੇਗੇ ਉਹਨਾਂ ਨੂੰ ਮਾੜੀ ਮੋਟੀ ਖੁਰਾਕ ਜੇ ਸਰਕਾਰ ਕੋਈ 100-150 ਰੁਪਇਆ ਡੇਲੀ ਦੇਵੇ ਉਹਨਾਂ ਨੂੰ ਡੇਲੀ ਦੇਵੇ ਜੀ ਹਾਂ ਫਿਰ ਬਾਕੀ ਜੋ ਨੈਸ਼ਨਲ 'ਚ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੋਈ ਪੈਸੇ ਦੇਣ ਨੌਕਰੀਆਂ ਦੇਣ ਸਪੋਰਟਸ ਕੋਟਾ ਰੈਸਲਿੰਗ ਦਾ ਵੱਖਰਾ ਰੱਖਿਆ ਜਾਵੇ ਹਨਾ ਹਾਂਜੀ 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 ਇਹ ਕਾਫੀ ਇਹ ਇਹ ਉਸ ਦੇ ਹੱਦ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਬਹੁਤ ਜ਼ਿਆਦਾ ਫਰਕ ਇਸੇ ਕਰਕੇ ਮੈਡਲ ਨਹੀਂ ਆ ਰਹੇ ਬਿਲਕੁਲ ਵੀ ਜਿਹੜੀ ਸਰਕਾਰਾਂ ਦੀ ਸਪੋਰਟ ਹੈ ਉਹ ਸਾਡੇ ਪਹਿਲਵਾਨਾਂ ਨੂੰ ਤੇ ਨਵੇਂ ਉੱਭਰ ਰਹੇ ਪਹਿਲਵਾਨਾਂ ਨੂੰ ਵੀ ਕਿਸੇ ਹਾਂ 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 ਤੇ ਹੁਣ ਇੱਕ ਗੱਲ ਹੈ ਜੀ ਇੱਥੇ ਦੇਖੋ 10 ਸਾਲ ਕਾਲੀ ਸਰਕਾਰ ਰਹੀ ਹੈਗੀ ਜੀ ਉਹਨਾਂ ਨੂੰ ਕਬੱਡੀ ਨੂੰ ਬਹੁਤ ਚੱਕਿਆ ਉਹਨਾਂ ਨੇ ਕਬੱਡੀ ਨੂੰ ਬਹੁਤ ਜ਼ਿਆਦਾ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਹੁਤ ਪਲੇਅਰਾਂ ਨੂੰ ਦੇਖੋ ਨੌਕਰੀ ਤਾਂ ਬਹੁਤ ਵਧੀਆ ਗੱਲ ਹੈਗੀ ਹਾਂਜੀ ਚੰਗੀ ਗੱਲ ਹੈ ਪਰ ਵੀ ਇਸੇ ਤਰ੍ਹਾਂ ਵੀ ਸਾਰੀਆਂ ਗੇਮਾਂ ਨੂੰ ਜੇ ਹੁਣ ਰੈਸਲਿੰਗ ਨੂੰ ਵੀ ਇਹਨਾਂ ਨਾਲ ਸਾਥ ਦੇਣ ਦੇਖੋ ਸ਼ੌਂਕ ਵੱਖੋ ਵੱਖਰੇ ਨੇ ਸਾਰਿਆਂ ਲਈ ਕਿਸੇ ਦਾ ਕੁਸ਼ਤੀ ਦਾ ਸ਼ੌਂਕ ਹੈ ਕਿਸੇ ਦਾ ਕਬੱਡੀ ਦਾ ਕਿਸੇ ਦਾ ਖੋ ਖੋ ਦਾ ਕਿਸੇ ਦਾ ਵਾਲੀਬਾਲ ਦਾ ਕਿਸੇ ਦਾ ਫੁੱਟਬਾਲ ਦਾ ਹਾਂਜੀ ਹਾਂਜੀ ਪਰ ਜਿਵੇਂ ਵੀ ਹੈਗਾ ਵੀ ਮਤਲਬ ਸਰਕਾਰੀ ਸਹੂਲਤਾਂ ਨੇ ਜਿਹੜੀਆਂ ਉਹ ਮਿਲਣੀਆਂ ਬੇਹੱਦ ਜ਼ਰੂਰੀ ਨੇ ਜ਼ਰੂਰੀ ਨੇ ਬਿਨਾਂ ਸਪੋਰਟ ਤੋਂ ਜਿਵੇਂ ਕਹਿੰਦੇ ਘਰੋਂ ਖਾ ਕੇ ਵੀ ਬੰਦਾ ਕਿੰਨਾ ਕਿਤੇ ਚੱਲਦਾ ਹਾਂ ਹਾਂ ਹਾਂਜੀ 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 ਬਿਲਕੁਲ ਜੀ ਪਰ ਇੱਕ ਇਹ ਜਿਹੜੀ ਮਿੱਟੀ ਤੇ ਕੁਸ਼ਤੀ ਤੇ ਇੱਕ ਮੈਟ ਤੇ ਹਾਂਜੀ ਇਹਦੇ ਵਿੱਚ ਕੀ ਅੰਤਰ ਹੈ ਜ਼ਿਆਦਾ ਜੀ ਅੰਤਰ ਦੇ ਵਿੱਚ ਤਾਂ ਇਸ ਤਰ੍ਹਾਂ ਹੈ ਜੀ ਹੁਣ ਜ਼ਿਆਦਾ ਵਿੱਚ ਇਸ ਤਰ੍ਹਾਂ ਵੀ ਨੇ ਕੋਚ ਨੇ ਜਿਹੜੇ ਰੌਲਾ ਪਾਉਂਦੇ ਨੇ ਮੈਟ ਦੀ ਕੁਸ਼ਤੀ ਮੈਟ ਦੀ ਜ਼ਰੂਰੀ ਹੈ ਪਰ ਵੀ ਜੇ ਅੱਜ ਦੇਖਦੇ ਹਾਂ ਨਾ ਆਪਾਂ ਜੇ ਅੱਜ ਜੋਗੇਸ਼ਵਰ ਦੱਤ ਓਲੰਪਿਕ ਦੇ ਵਿੱਚੋਂ ਮੈਡਲ ਲੈ ਕੇ ਆਇਆ ਜੀ ਸੁਸ਼ੀਲ ਕੁਮਾਰ ਓਲੰਪਿਕ ਦੇ ਵਿੱਚੋਂ ਮੈਡਲ ਲੈ ਕੇ ਉਹਨਾਂ ਨੇ ਭਲਵਾਨੀ ਮਿੱਟੀ ਤੋਂ ਸ਼ੁਰੂ ਕੀਤੀ ਹੈ ਜੀ ਜਿੰਨੀ ਪਾਵਰ ਜਿੰਨੀ ਜਾਨ ਮਿੱਟੀ ਦੇ ਵਿੱਚੋਂ ਆਉਂਦੀ ਹੈ ਐਨਰਜੀ ਹਾਂ ਜਿਹੜੀ ਉਹ ਤਕੜੇ ਹੋ ਕੇ ਮੈਟ ਤੇ ਗਏ ਨੇਗੇ ਜੀ ਮਿੱਟੀ 'ਚੋਂ ਸਾਰੇ ਤਕੜੇ ਹੋ ਗਏ ਮਿੱਟੀ 'ਚੋਂ ਹੀ ਗਏ ਹਾਂ ਵੀ ਮੈਟ ਬਹੁਤ ਜ਼ਰੂਰੀ ਹੈਗਾ ਪਰ ਵੀ ਨਾਲ ਮਿੱਟੀ ਦੀ ਵੀ ਇਹ ਪੁਰਾਣੀ ਆਪਣਾ ਵਿਰਾਸਤੀ ਗੇਮ ਹੈ ਵਿਰਾਸਤੀ ਗੇਮ ਹੈ ਹਾਂ ਵੀ ਮਿੱਟੀ ਦੀ ਵੀ ਨਾਲ ਜ਼ਰੂਰੀ ਹੈਗੀ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਮੈਟ ਮੈਟ ਆਪਾਂ ਨਹੀਂ ਗੋਰਿਆਂ ਮਗਰ ਜਾਂ ਬਾਹਰਲੇ ਉਹਨਾਂ ਮਗਰ ਚੱਲਣਾ ਆਪਣੇ ਵਿਰਸੇ ਨੂੰ ਵੀ ਸਾਂਭ ਕੇ ਉਹਦਾ ਫਾਇਦਾ ਵੀ ਹੈ ਨਾ ਜੀ ਜੇ ਇੱਥੋਂ ਮਿੱਟੀ ਤੋਂ ਕੁਸ਼ਤੀ ਸਿੱਖ ਕੇ ਟ੍ਰੇਨਿੰਗ ਲੈ ਕੇ ਬੰਦਾ ਉੱਥੇ ਮੈਟ ਤੇ ਜਾਂਦਾ ਤਾਂ ਫਿਰ ਉੱਥੇ ਉਹਨੂੰ ਦਿੱਕਤ ਵੀ ਨਹੀਂ ਹੁੰਦੀ ਨਾ 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 ਬਿਲਕੁਲ ਬਿਲਕੁਲ ਬਹੁਤ ਸੌਖਾ ਵੀ ਲੱਗਦਾ ਦੂਜੀ ਗੱਲ ਇਹ ਆ ਜੀ ਜਿਹੜੇ ਮੈਟ ਦਾ ਕੰਪੀਟੀਸ਼ਨ ਨੇਗੇ ਹਾਂਜੀ ਉਹ ਜਿਹੜੇ ਇਨਾਮ ਵਾਲੇ ਨੂੰ ਬਹੁਤ ਘੱਟ ਨੇਗੇ ਜੀ ਉਹ ਸਾਲ ਦੇ ਵਿੱਚ 5-7 ਕੰਪੀਟੀਸ਼ਨ ਜਿਹੜੇ ਮਿੱਟੀ ਦੇ ਦੰਗਲ ਨੇਗੇ ਹੁਣ ਜਿਵੇਂ ਮੁੰਡਿਆਂ ਨੇ ਖਰਚਾ ਪਾਣੀ ਦੇਖੋ ਸਦਾ ਘਰੋਂ ਤਾਂ ਖਾਧਾ ਨਹੀਂ ਜਾਂਦਾ ਹੁਣ ਮੁੰਡੇ ਤਕੜੇ ਨੇ ਮਿੱਟੀ ਦੇ ਵਿੱਚ ਵੀ ਅੱਜ ਕੱਲ੍ਹ ਇੰਨੇ ਇਨਾਮ ਨੇ ਵੀ ਮਹਾਰਾਸ਼ਟਰ ਦੇ ਵਿੱਚ ਇੱਕ ਭਲਵਾਨ ਨੂੰ 10-10, 15-15, 20-20 ਲੱਖ ਰੁਪਇਆ ਦਿੰਦੇ ਨੇ ਦਿੰਦੇ ਨੇ ਜੀ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਬਹੁਤ ਵੱਡੇ ਨਾਮ ਰੱਖਣ ਲੱਗ ਗਏ ਝੰਡੀਆਂ ਲੱਖਾਂ 'ਚ ਵੱਗ ਗਈਆਂ 5-5, 7-7 ਲੱਖ ਦੀਆਂ ਹੋ ਗਈਆਂ ਜਿਹੜੀਆਂ ਦੰਗਲਾਂ ਦੀਆਂ ਮਿੱਟੀ ਦੀਆਂ ਕੁਸ਼ਤੀਆਂ ਨੇ ਬਿਲਕੁਲ ਇਸ ਕਰਕੇ ਮਿੱਟੀ ਦੀ ਵੀ ਬਹੁਤ ਜ਼ਰੂਰੀ ਹੈਗੀ ਜੀ ਤੇ ਅੰਤਰ ਤਾਂ ਕੋਈ ਖਾਸ ਨਹੀਂ ਗਾ ਜਿਹੜਾ ਮਿੱਟੀ ਦਾ ਤਕੜਾ ਮੈਟ ਤੇ ਵੀ ਹੋ ਜਾਊਗਾ ਮੈਟ ਤੇ ਵੀ ਹੋ ਜਾਊਗਾ ਗੱਲ ਜਿਵੇਂ ਆਪਾਂ ਕਹਿੰਦੇ ਨੇ ਵੀ ਧਵਾ ਪਿਆ ਹੋਇਆ ਜੀ ਜੀ ਆਦਤ ਬਣ ਜਾਂਦੀ ਹੈ ਵੀ ਹਾਂ 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 ਹੋਰ ਤੁਹਾਨੂੰ ਕੋਈ ਸਰਕਾਰੀ ਨੌਕਰੀ ਬਾਰੇ ਵੀ ਆਫਰ ਆਈ ਜੀ ਇਸ ਕੇ ਹਾਂ ਕਈ ਆਫਰ ਆਈਆਂ ਜੀ ਮੈਂ ਪੀਏਪੀ ਦੇ ਵਿੱਚ ਵੀ ਆਰਮੀ 'ਚ ਜੀ ਫਿਰ ਸਾਡੇ ਜੈ ਸਿੰਘ ਸਿੱਧੂ ਸੀਗੇ ਪੂਰਨ ਭਲਵਾਨ ਦੇ ਬੇਟੇ ਸੀਗੇ ਜੀ ਉਹ ਬਿਜਲੀ ਬੋਰਡ ਦੇ ਵਿੱਚ ਉਦੋਂ ਇਹ ਮੇਰਾ ਖਿਆਲ ਹੈ ਕਿਹੜੇ ਸੰਨ ਦੀ ਗੱਲ ਹੈ ਮਲੂਕਾ ਸੀਗਾ ਜੀ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪੀਏ ਸੀਗੇ ਉਹਨਾਂ ਨੇ ਸਾਨੂੰ ਸੱਦ ਕੇ ਆਖਿਆ ਉਹ ਕਰਦੇ ਸੀਗੇ ਵੀ ਪਰ ਪਹਿਲਾਂ ਕੱਚਿਆਂ 'ਚ ਰੱਖੇ ਸੀ ਉਹਨਾਂ ਨੇ ਜੀ ਪਰ ਉਹ ਉੱਥੇ ਵੀ ਹਾਂ ਅਸੀਂ ਨਹੀਂ ਰਹੇ ਮੈਂ ਸੀਗਾ ਕਿ ਮੁੰਡਾ ਕਰੇਬੀ ਸੀਗਾ ਉਹ ਫਿਰ ਸਾਡੇ ਨਾਲ ਦੇ ਸੀ ਉਹ ਪੱਕੇ ਪੁੱਕੇ ਹੋ ਗਏ ਕਈ ਆਈਆਂ ਆਫਰਾਂ ਜੀ ਪਰ ਮਨ ਨਹੀਂ ਮੰਨਿਆ ਜੀ ਹਾਂ ਚਲੋ ਇਹ ਹੁੰਦਾ ਕੁਦਰਤੀ ਬੰਦੇ ਨੂੰ ਜਨੂਨ ਹੁੰਦਾ ਜੀ ਹਾਂਜੀ 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 ਕਿਉਂਕਿ ਜਿਹੜਾ ਕੰਮ ਸ਼ਾਇਦ ਤੁਸੀਂ ਉਧਰ ਨੌਕਰੀ ਤੇ ਜਾਣ ਕਰਕੇ ਉਹ ਨਾ ਕਰ ਸਕਦੇ ਜੋ ਜਿਵੇਂ ਤੁਹਾਡੇ ਕੋਲ ਕਿੰਨੇ ਮੁੰਡੇ ਆ ਇੰਨੀ ਫੁੱਲਵਾੜੀ ਹੈ ਜੀ ਇਹ ਫੁੱਲਵਾੜੀ ਸ਼ਾਇਦ ਨਾ ਹੁੰਦੀ ਕਿਉਂਕਿ ਹੁਣ ਤੁਸੀਂ ਨਵੇਂ ਮੁੰਡੇ ਤੁਹਾਡੇ ਕੋਲੇ ਆ ਰਹੇ ਨੇ ਉਹ ਤੁਹਾਡੇ ਕੋਲੇ ਪ੍ਰੈਕਟਿਸ ਲੈ ਰਹੇ ਨੇ ਨਵੇਂ ਪਹਿਲਵਾਨ ਤੁਸੀਂ ਪੈਦਾ ਕਰ ਰਹੇ ਹੋ ਸ਼ਾਇਦ ਜੇ ਤੁਸੀਂ ਕਿਸੇ ਸਰਕਾਰੀ ਨੌਕਰੀ ਤੇ ਹੁੰਦੇ ਉਹ ਸ਼ਾਇਦ ਨਾ ਹੋ ਸਕਦਾ ਨਹੀਂ ਨਹੀਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਕੁਝ ਐਦਾਂ ਦੇ ਜਿਹੜੇ ਤੁਹਾਡੇ ਨਾਮ ਦੇ ਨਾਲ ਜੁੜੀ ਹੋਈ ਗੱਲ ਹੋਵੇ ਕਿਤੇ ਨਾ ਕਿਤੇ ਇਹੀ ਜੀ ਕੋਈ ਯਾਦਗਾਰੀ ਬੰਦੇ ਨਾਲ ਆਮ ਜ਼ਿੰਦਗੀ ਦੇ ਵਿੱਚ ਵਾਪਰਦੀ ਹੈ ਕੋਈ ਇਦਾਂ ਦੀ ਘਟਨਾ ਦੱਸੋ ਹਾਂ ਨਾਮ ਨਾਲ ਜੁੜੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀ ਮੈਂ ਆ ਰਿਹਾ ਸੀ ਗੱਡੀ ਦੇ ਵਿੱਚ ਮੇਰੀ ਮਿਸਿਸ ਸੀਗੀ ਮੇਰਾ ਵਿਆਹ ਹੋਏ ਨੂੰ ਨਵਾਂ ਨਵਾਂ ਹੀ ਵਿਆਹ ਹੋਇਆ ਸੀਗਾ 2-3 ਸਾਲ ਹੋਏ ਸੀਗੇ ਜੀ ਲੌਂਗਵਾਲ ਮੈਨੂੰ ਨਾ ਉੱਥੇ ਨਾਕਾ ਲੱਗੇ ਪੁਲਿਸ ਵਾਲੇ ਮੈਨੂੰ ਘੇਰ ਲਿਆ ਉਹਨਾਂ ਨੇ ਜੀ ਘੇਰਨਾ ਤਾਂ ਕੀ ਸੀ ਉਹਨਾਂ ਨੇ ਰੋਕਣਾ ਸੀਗਾ ਸਾਰੇ ਲਾਇਸੈਂਸ ਚੈੱਕ ਕਰਦੇ ਸੀ ਵਗੈਰਾ ਹਾਂਜੀ ਹਾਂਜੀ ਹਾਂਜੀ
ਉਹ ਮੈਨੂੰ ਕਹਿਣ ਲੱਗਾ ਇੱਕ ਮੁਲਾਜ਼ਮ ਸੀਗਾ ਹੌਲਦਾਰ ਵੀ ਮੈਨੂੰ ਕਹਿੰਦਾ ਵੀ ਕਾਗਜ਼ ਲੈ ਕੇ ਗੱਡੀ ਦੇ। ਅੱਛਾ ਜੀ। ਮੈਂ ਅਕਸਰ ਹੀ ਅਸੀਂ ਜਿੱਥੇ ਜਿੰਨੇ ਵੀ ਭਲਵਾਨ ਆ ਸਾਰੇ ਸਾਨੂੰ ਵੈਸੇ ਟੋਲ ਪਲਾਜ਼ਿਆਂ ਤੇ ਵੀ ਨਹੀਂ ਪੁੱਛਦੇ, ਕਹਿੰਦੇ ਭਲਵਾਨ ਆ, ਕਹਿੰਦੇ ਕੋਈ ਗੱਲ ਨਹੀਂ ਜਾਓ ਯਾਰ। ਮੈਂ ਉਹਨੂੰ ਆਖਿਆ, ਮੈਂ ਕਿਹਾ ਭਲਵਾਨ ਆਗਾ ਚੀਮਿਆਂ ਤੋਂ। ਉਹ ਕਹਿੰਦੇ ਵੀ ਸਾਡੇ ਇੰਚਾਰਜ ਸਾਹਿਬ ਬੈਠੇ ਨੇ, ਉਹਨਾਂ ਨਾਲ ਗੱਲ ਕਰ ਲਓ। ਮੈਂ ਉਹਨਾਂ ਕੋਲ ਗਿਆ, ਮੈਂ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਤਿ ਸ਼੍ਰੀ ਅਕਾਲ। ਮੈਂ ਜੀ ਮੈਂ ਭਲਵਾਨ ਆ ਚੀਮਿਆਂ ਤੋਂ ਆਗਾ, ਮੈਂ ਨਾਂ ਨਹੀਂ ਦੱਸਿਆ ਆਪਦਾ ਜੀ। ਉਹ ਮੈਨੂੰ ਕਹਿੰਦਾ ਅੱਛਾ 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 ਚੀਮਿਆਂ ਤੋਂ ਗੋਲ ਭਲਵਾਨ ਦਾ ਚੇਲਾ ਹੈਗਾ। ਹਾਂ, ਮੇਰਾ ਇੱਕ ਚੇਲਾ ਵੀ ਨਾਲ ਸੀ, ਮੇਰਾ ਸਿਗਰਦ ਸੀਗਾ ਨਾਲ ਜੀ। ਤੇ ਉਹ ਮੈਨੂੰ ਕਹਿੰਦਾ ਵੀ ਗੋਲੂ ਭਲਵਾਨ ਦਾ ਚੇਲਾ। ਮੈਂ ਕਿਹਾ ਜੀ ਹਾਂ, ਮੈਂ ਗੋਲ ਦਾ ਚੇਲਾ ਜੀ। ਕਹਿੰਦਾ ਮੈਨੂੰ ਕਹਿੰਦਾ ਬੇਟੇ ਗੱਡੀ ਧਿਆਨ ਨਾਲ ਚਲਾਇਆ ਕਰੋ, ਨਾਲੇ ਭਲਵਾਨ ਜੀ ਨੂੰ ਮੇਰੀ ਫਤਿਹ ਬੁਲਾ, ਫਤਿਹ ਬੁਲਾਵੇ। ਉਹ ਮੈਨੂੰ ਪੁੱਛਣ ਮੇਰਾ ਚੇਲਾ, ਕਹਿੰਦਾ ਵੀ ਤੂੰ ਬਾਈ ਦੱਸ ਦਿੰਦਾ ਵੀ ਮੈਂ ਗੋਲੂ ਭਲਵਾਨ ਹੀ ਆ। ਮੈਂ ਕਿਹਾ ਜਦੋਂ ਨਾਉਂ ਹੀ ਚੱਲ ਦੱਸ। ਅੱਛਾ ਦੱਸਿਆ ਤੁਸੀਂ ਵੀ? ਨਹੀਂ, ਮੈਂ ਦੱਸਿਆ ਨੀ ਜੀ ਬਿਲਕੁਲ। ਹਾਂ ਜੀ, ਚਲੋ ਗੱਲ ਵਧੀਆ ਲੱਗੀ ਵੀ। ਦੇਖੋ ਇਸ ਤਰ੍ਹਾਂ ਜੀ, ਕਈਆਂ ਨੂੰ ਇਹ ਇਲਾਕੇ ਦੇ ਵਿੱਚ ਹਲੇ ਮੈਨੂੰ ਮਿਲੇ ਵੀ ਨੀਗੇ, ਸ਼ਕਲ ਨੀ ਮੇਰੀ ਦੇਖੀ, ਪਰ ਉਹਨਾਂ ਨੂੰ ਇਹ ਆ ਵੀ ਜਿਹੜਾ ਗੋਲੂ ਭਲਵਾਨ ਆ ਕਾਫੀ ਵੱਡੀ ਉਮਰ ਦਾ, ਕਿਉਂ ਕਾਫੀ ਪੁਰਾਣਾ ਅਖਾੜਾ ਚੱਲਦਾ, ਪੁਰਾਣਾ ਅਖਾੜਾ ਚੱਲਦਾ। ਉਹਨਾਂ ਨੂੰ ਇਹ ਵੀ ਕੋਈ 70-80 ਸਾਲ ਦਾ ਜਾਂ 65-70 ਸਾਲ ਦਾ ਕੋਈ ਪੁਰਾਣਾ ਬਜ਼ੁਰਗ ਬੰਦਾ ਹੈਗਾ। ਹਾਂਜੀ। ਹਾਂ, ਉਹ ਐਂ ਕਈ ਵਾਰੀ ਧੋਖਾ ਖਾ ਜਾਂਦੇ। ਅੱਜ ਕੱਲ੍ਹ ਤੁਹਾਡੇ ਕੋਲ ਕਿੰਨੇ ਮੁੰਡੇ ਨੇ ਜੀ ਉਹ ਪ੍ਰੈਕਟਿਸ ਕਰ ਰਹੇ ਜੀ? ਹੈਗੇ ਨੇ ਜੀ 25-26 ਮੁੰਡੇ ਹੈਗੇ ਨੇ। 25-26? ਹਾਂ ਜੀ। ਤੇ ਮੁੰਡੇ ਵਧੀਆ ਨੇਗੇ, ਹਰ ਵਾਰ ਮੇਰੇ ਮੁੰਡੇ ਨੈਸ਼ਨਲ ਵੀ ਜਾਂਦੇ ਹੈਗੇ ਜੀ, ਆਲ ਇੰਡੀਆ ਇੰਟਰਵਰਸਿਟੀ ਦੇ ਵਿੱਚੋਂ। ਪਿਛਲੀ ਵਾਰ ਵੀ ਮੇਰਾ ਮੁੰਡਾ ਸੋਨੂ, ਉਹਦਾ ਮੈਡਲ ਆਇਆ ਜੀ। ਐਤਕੀ ਮੁੰਡੇ ਮੇਰੇ ਨੈਸ਼ਨਲ ਜਾ ਕੇ ਆ ਗਏ, ਇੱਕ ਗਰੀਕੋ ਦੇ ਵਿੱਚ ਐਤਕੀ ਨੈਸ਼ਨਲ ਜਾ ਕੇ ਆਇਆ ਜੀ। ਤੇ ਤੁਹਾਡਾ ਮੈਡਲ ਕੋਈ? ਹਾਂ, ਮੇਰਾ ਆਲ ਇੰਡੀਆ ਇੰਟਰਵਰਸਿਟੀ ਦੇ ਵਿੱਚੋਂ ਜੀ, ਮੈਂ ਨੈਸ਼ਨਲ ਵੀ ਖੇਡਾਂਗਾ ਜੀ। ਹਾਂ, ਮੈਂ 4-5 ਵਾਰੀ ਜੀ ਜੀ ਜੂਨੀਅਰ ਸੀਨੀਅਰ ਆਲ ਇੰਡੀਆ ਇੰਟਰਵਰਸਿਟੀ ਜੀ। ਤੇ ਚਲੋ ਬਹੁਤ ਵਧੀਆ ਜੀ। ਹਾਂਜੀ ਹਾਂਜੀ ਹਾਂਜੀ। ਔਰ ਤੁਸੀਂ ਅੱਜ ਦਾ ਜਿਹੜਾ ਸਮਾਂ ਇੱਕ ਕਲੰਕ ਲੱਗਦਾ ਜਾ ਰਿਹਾ, ਖਾਸ ਕਰ ਪੰਜਾਬ 'ਤੇ। ਬਿਲਕੁਲ ਜੀ। ਕਿ ਇੱਥੋਂ ਦੇ ਮੁੰਡੇ ਨੇ ਜਿਹੜੇ ਉਹ ਨਸ਼ਾ ਕਰਦੇ ਨੇ। ਖੈਰ ਚਲੋ, ਤੁਸੀਂ ਇਸ ਚੀਜ਼ ਬਾਰੇ ਜਾਂ ਆਉਣ ਵਾਲੀ ਪੀੜ੍ਹੀ ਨੂੰ ਜਾਂ ਸਾਡੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂ, ਵਧੀਆ, ਬਹੁਤ ਵਧੀਆ ਗੱਲ ਹੈ ਧਰਮ ਜੀ। ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਵੀ ਜਿਹੜੀ ਆਪਾਂ ਜੇ ਕਿਸੇ ਨੂੰ ਦੋਖ ਦੇਈਏ ਜੀ ਵੀ ਫਲਾਣੇ ਦੇ ਮੁੰਡਿਆਂ ਨੇ ਮੇਰੇ ਮੁੰਡੇ ਨੂੰ ਨਸ਼ੇ 'ਤੇ ਲਾਤਾ, ਫਲਾਣੀ ਸਰਕਾਰ ਨੇ ਮੈਨੂੰ ਨਸ਼ੇ 'ਤੇ ਲਾਤਾ, ਫਲਾਣੇ ਮਹਿਕਮੇ ਦੇ ਵਿੱਚ ਵੱਗ ਗਿਆ ਅਤੇ ਫਲਾਣੀਆਂ ਪਾਰਟੀਆਂ ਦੇ ਵਿੱਚ ਰਲਿਆ ਮੇਰਾ ਮੁੰਡਾ ਨਸ਼ਾ ਕਰਨਾ, ਕੋਈ ਕਿਸੇ ਨੂੰ ਨਸ਼ੇ 'ਤੇ ਨਹੀਂ ਲਾਉਂਦਾ, ਨਹੀਂ ਲਾ ਸਕਦਾ। ਹੁਣ ਆਹ ਛੋਟੇ ਛੋਟੇ ਬੱਚੇ ਨੇਗੇ, ਹਾਂਜੀ ਹਾਂਜੀ, ਇਹ ਵੀ ਇੱਕ ਨਸ਼ਾ ਹੈਗਾ, ਇਹ ਵੀ ਇੱਕ ਨਸ਼ਾ ਜੀ, ਭਲਵਾਨੀ ਦਾ ਨਸ਼ਾ ਹੈਗਾ। ਹਾਂਜੀ, ਫਰਕ ਤਾਂ ਨਸ਼ੇ ਦਾ ਹੀ ਹੈ। ਹਾਂ, ਫਰਕ ਨਸ਼ੇ ਦਾ ਹੈਗਾ, ਇਹ ਕਿਸੇ ਨੇ ਨਹੀਂ ਸ਼ੌਂਕ ਨਾਲ, ਬਿਲਕੁਲ ਇਹ ਸ਼ੌਂਕ ਨਾਲ। ਹਰੇਕ ਬੰਦਾ ਦੇਖੋ ਅੱਜ ਦਾ ਜਿਹੜਾ ਦੌਰ ਹੈਗਾ ਇਹ ਇੱਕ ਸ਼ੌਂਕ ਹੀ ਬਣਾ ਰੱਖਿਆ ਹੈਗਾ, ਸ਼ੌਂਕ ਬਣਾ ਰੱਖਿਆ, ਹਾਂ, ਨਸ਼ੇ ਦਾ। ਪਰ ਇਹ ਵਧੀਆ ਵੱਡੀ ਗੱਲ ਜਿਹੜੀ ਤੁਸੀਂ ਗੱਲ ਮੈਨੂੰ ਪੁੱਛੀ ਹੈ ਨਾ ਨਸ਼ੇ ਬਾਰੇ, ਹਾਂ, ਇਹ ਜਿਵੇਂ ਕਹਿੰਦੇ ਪੰਜਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਹੈਗਾ, ਛੇਵਾਂ ਜੀ, ਹਾਂ ਛੇਵਾਂ ਦਰਿਆ, ਸੋਰੀ, ਪੰਜ ਦਾ ਹੈਗਾ ਨਾ, ਛੇਵਾਂ ਦਰਿਆ ਚੱਲ ਰਿਹਾ ਹੈਗਾ। ਹਾਂਜੀ ਹਾਂਜੀ। ਅਤੇ ਇਹਦੇ ਖਾਤਰ ਬਹੁਤ ਕੁਛ ਕਰ ਰਹੇ ਨੇਗੇ, ਸੈਮੀਨਾਰ ਲੱਗਦੇ ਨੇਗੇ, ਟੂਰਨਾਮੈਂਟ ਕਰਾਉਂਦੇ ਨੇ, ਹੋਰ ਕੁਛ ਬਹੁਤ ਕੁਛ ਕਰਾਉਂਦੇ ਨੇਗੇ। ਪਰ ਵੀ ਮੇਰੇ ਤਾਂ ਇੱਕ ਇਹ ਗੱਲ ਹੈ ਜੀ ਧਰਮਾ ਜੀ ਵੀ ਸੁਝਾਅ ਹੈਗਾ ਜੀ, ਵੈਸੇ ਮੈਂ ਐਡਾ ਵੱਡਾ ਤਾਂ ਹੈ ਨਹੀਂ ਕਿ ਸੁਝਾਅ ਦੇ ਸਕਦਾ, ਨਹੀਂ ਚਲੋ ਜਿੰਨਾ, ਹਾਂ, ਪਰ ਮੈਂ ਇਹ ਕਹਿਣਾ ਵੀ ਐਡਾ ਕੁਛ ਕਰਨ ਦੀ ਲੋੜ ਹੀ ਨਹੀਂ। ਹਰੇਕ ਜਿਵੇਂ ਤੁਸੀਂ ਹੋ, ਮੈਂ ਆ, ਹਰੇਕ ਆਪੋ ਆਪਦੇ ਪਰਿਵਾਰ ਨੂੰ ਬੱਚੇ ਨੂੰ ਸਾਂਭਲੇ, ਆਪ ਹੀ ਨਸ਼ਾ ਖਤਮ ਹੋ ਜਾਵੇ। ਦੇਖੋ ਕਿਤੇ ਨਾ ਕਿਤੇ ਦੋਸ਼ ਪਬਲਿਕ ਦਿੰਦੀ ਹੈ ਵੀ ਸਰਕਾਰਾਂ ਦਾ, ਚਲੋ ਆਪਾਂ ਉਹਨਾਂ ਦੀ ਗੱਲ ਮੰਨਦੇ ਹਾਂ, ਪਰ ਇਹ ਮੈਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੇਟਾ ਹੁਣ ਹੈ ਕਿੱਥੇ, ਮੈਂ ਉਹਨੂੰ ਬਚਪਨ ਦੇ ਵਿੱਚ ਦਿੱਤਾ ਕੀ ਹੈ, ਸਿਖਾਇਆ ਕੀ ਹੈ, ਬੱਚਾ ਸਭ ਤੋਂ ਵੱਡੀ ਪ੍ਰਾਪਰਟੀ, ਪਿਆਰ ਸਿਖਾ ਲਓ, ਬੱਚੇ ਨੂੰ ਨਾਲ ਦੇਣੀ ਸਿਖਾ ਲਓ, ਸਭ ਤੋਂ ਵੱਡੀ ਪ੍ਰਾਪਰਟੀ ਆਪਣੀ ਬੱਚੇ ਨੇ, ਬੱਚੇ ਨੇ। ਦੇਖੋ ਨਾ ਕੋਈ ਜ਼ਮੀਨ ਜਾਇਦਾਦ ਆ, ਨਾ ਗੱਡੀਆਂ, ਨਾ ਮਹਿਲ ਮਾੜੀਆਂ, ਕੁਛ ਨਹੀਂ। ਜੇ ਤੁਸੀਂ ਆਪਦੀ ਉਹ ਪ੍ਰਾਪਰਟੀ ਨਾ ਸਾਂਭੀ, ਸਾਰਾ ਕੁਛ ਖਤਮ ਹੋ ਜਾਊਗਾ, ਖਤਮ ਹੋ ਜਾਊਗਾ ਜੀ। ਹਾਂ, ਉਹਨੂੰ ਸਾਂਭਣ ਦੀ ਆਪਾਂ ਨੂੰ ਲੋੜ ਹੈਗੀ, ਇਹ ਨਹੀਂ ਵੀ ਸਾਰਾ ਦਿਨ ਤੁਸੀਂ ਆਪਾਂ ਪੈਸੇ ਦੌੜ 'ਚ ਭੱਜੇ ਫਿਰੀ ਜਾਂ ਹੋਰ ਦੌੜ 'ਚ ਭੱਜੇ ਫਿਰੀ। ਬਿਲਕੁਲ ਜੀ, ਬਿਲਕੁਲ। ਕਮ ਸੇ ਕਮ 4-5 ਘੰਟੇ 2 ਘੰਟੇ ਬੱਚਿਆਂ ਖਤਰ ਕੱਢੋ ਸਭ ਤੋਂ ਪਹਿਲਾਂ। ਹਾਂ, ਉਹਨਾਂ ਦੀਆਂ ਖੁਆਇਸ਼ਾਂ ਪੁੱਛੋ, ਜਦੋਂ ਆਪਾਂ ਉਹਦੀ ਖੁਆਇਸ਼ ਨਹੀਂ ਹੁੰਦੀ, ਆਪਦੇ ਆਪ ਹੀ ਫਿਰ ਉਹੀ ਜੀ ਸੋਸਾਇਟੀ ਨਾਲ ਉਹਨੇ ਨਸ਼ੇ ਕਰਨੇ। ਬਿਲਕੁਲ ਜੀ, ਬਿਲਕੁਲ, ਜਦੋਂ ਆਪਾਂ ਬੱਚਿਆਂ ਨੂੰ ਆਪਣੇ ਨੂੰ ਟਾਈਮ ਨਹੀਂ ਦੇਵਾਂਗੇ। ਹਾਂ, ਬਿਲਕੁਲ ਬਿਲਕੁਲ। ਦੇਖੋ ਹੁਣ ਆਪਾਂ ਜੇ ਆਪਾਂ ਕਹਿ ਦਈਏ ਵੀ ਸਕੂਲ 'ਚ 60,000 ਦੇ ਤਾਂ ਸਾਲ ਦਾ, 50,000 ਲੱਖ ਦੇ ਤਾਂ, ਉਹ ਕਿੰਨਾ ਕੁ ਚਿਰ ਉਹਨਾਂ ਦੀ ਥੋੜੀ ਡਿਊਟੀ ਹੈ, ਉਹ ਤਾਂ ਉਸ ਤੋਂ ਬਾਅਦ ਆਪਣੀ ਵੀ। ਹਾਂ, ਉਸ ਤੋਂ ਬਾਅਦ ਸਭ ਤੋਂ ਵੱਡਾ ਗੁਰੂ ਹੀ ਮਾਂ ਪਿਓ ਹੁੰਦਾ ਬੱਚੇ ਦਾ। ਦੇਖੋ ਕਿਤਾਬੀ ਗਿਆਨ ਜਿਹੜਾ ਉਹ ਆਪਾਂ ਨੂੰ ਉੱਥੋਂ ਮਿਲ ਸਕਦਾ, ਬਿਲਕੁਲ ਜੀ, ਪਰ ਜਿਹੜੇ ਸਮਾਜਿਕ ਸੰਸਕਾਰ ਨੇ ਉਹ ਸੰਸਕਾਰ ਉਹ ਮਾਂ ਪਿਓ, ਉਹ ਮਾਂ ਬਾਪ ਨੇ ਦੇਣੇ, ਮਾਂ ਬਾਪ ਉਹ ਆਪਾਂ ਨੇ ਦੇਣੇ ਨੇ। ਹਾਂਜੀ ਹਾਂਜੀ। ਔਰ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ? ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਜੀ ਮੇਰੇ ਤਕੜੇ ਨੇ ਸੁੱਖ ਨਾਲ,
ਤੇ ਦੋ ਭਰਾ ਨੇ, ਇੱਕ ਭਰਾ ਮੇਰਾ ਫੌਰਨ ਹੈ, ਉਹਨੂੰ ਹੋ ਗਏ ਜੀ 25-30 ਸਾਲ ਹੋ ਗਏ ਜੀ। ਦੋ ਉਹਦੇ ਬੇਟੇ ਨੇਗੇ ਜੀ, ਇੱਕ ਮੇਥੋਂ ਵੱਡਾ ਹੋਰ ਹੈ ਭਰਾ, ਉਹਦੇ ਇੱਕ ਬੇਟਾ ਬੇਟੀ ਹੈ ਪਰਮਜੀਤ ਸਿੰਘ, ਵੱਡਾ ਹਰਮੀਤ ਸਿੰਘ ਜੀ, ਇੱਕ ਭੈਣ ਹੈ ਸਿਸਟਰ ਹੈ ਉਹ ਛੋਟੀ ਹੈ ਜੀ, ਤੇ ਮੇਰੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਖਾੜੇ ਪੀਰੀ ਪਾਸ਼ਾ ਨੇ ਜੌੜੇ ਬੇਟੇ ਨੇ, ਇੱਕ ਵੱਡੀ ਬੇਟੀ ਹੈ ਜੀ। ਚਲੋ ਸਭ ਸੁੱਖ ਸ਼ਾਂਤੀ ਪਰਿਵਾਰ ਹੈ, ਬਹੁਤ ਕਿਰਪਾ ਮਹਾਰਾਜ ਬਾਬਾ ਤੇ। ਚਲੋ ਬਹੁਤ ਬਹੁਤ ਧੰਨਵਾਦ ਜੀ ਪ੍ਰਵਾਨ ਜੀ, ਅੱਜ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ। ਨਹੀਂ ਨਹੀਂ ਚਲੋ ਬਹੁਤ ਜੀ, ਹਾਂ ਤੁਹਾਡਾ ਵੀ ਧੰਨਵਾਦ ਕਿ ਅਸੀਂ ਸਮੇਂ ਸਮੇਂ ਤੇ ਯੂਟਿਊਬ ਚੈਨਲ ਤੇ ਪੰਜਾਬ ਦੇ ਜਿਹੜੇ ਰੰਗ ਨੇ ਉਹ ਪੇਸ਼ ਕਰਦੇ ਰਹੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।